ਕੀ ਹੈ ਜਲਾਇ ਜਰਮ ਹਾਏ 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 ਸਰਕਾਰ ਹਾਏ 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 ਸਰਕਾਰ ਮੁੰਡਾਬਾਦ 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 ਸਰਕਾਰ ਮੁੰਡਾਬਾਦ ਗੁੰਡਾਗਰਦੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਰਕਾਰ ਹਾਏ 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 ਪਿਛਲੇ 3 ਮਹੀਨੇ ਪਹਿਲਾਂ ਪੰਜਾਬ ਦੇ ਅੰਦਰ ਇੱਕ ਸੁਨਹਿਰੀ ਬਦਲਾਵ ਦਾ ਸੁਪਨਾ ਦਿਖਾ ਕੇ ਪੰਜਾਬ ਦੇ ਅੰਦਰ ਸਰਕਾਰ ਬਣੀ ਸੀ, ਲੇਕਿਨ ਇਹਨਾਂ 3 ਮਹੀਨਿਆਂ ਦੇ ਅੰਦਰ ਪੰਜਾਬ ਦਾ ਕੋਈ ਸ਼ਹਿਰ ਐਸਾ ਨਹੀਂ ਬਚਿਆ, ਕਿਸੇ ਵੀ ਸ਼ਹਿਰ ਦਾ ਕੋਈ ਮੁਹੱਲਾ ਐਸਾ ਨਹੀਂ ਬਚਿਆ ਜਿੱਥੇ ਗੁੰਡਾਗਰਦੀ, ਲੁੱਟ ਖੋਹ ਔਰ ਰੋਜ਼ ਗੋਲੀ ਚੱਲਣ ਦੀਆਂ ਘਟਨਾਵਾਂ ਨਾ ਹੋਣ। ਜਿਸ ਤਰ੍ਹਾਂ ਪੰਜਾਬ ਦੇ ਅੰਦਰ ਰੋਜ਼ ਕਤਲੋ ਗਾਰਤ ਹੋ ਰਹੀ ਹੈ, ਲੁੱਟ ਖੋਹ ਹੋ ਰਹੀ ਹੈ, ਅੱਜ ਅਸੀਂ ਉਹਦੀ ਭਰਪੂਰ ਨਿੰਦਾ ਕਰਨ ਵਾਸਤੇ ਇਸ ਪੰਜਾਬ ਸਰਕਾਰ ਨੂੰ ਚਿਤਾਉਣ ਵਾਸਤੇ ਕੇਜਰੀਵਾਲ ਔਰ ਭਗਵੰਤ ਮਾਨ ਦੀ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਵਾਸਤੇ ਅੱਜ ਅਸੀਂ ਉਹਨਾਂ ਦਾ ਪੁਤਲਾ ਸਾੜਿਆ ਕਿ ਪੰਜਾਬ ਦੇ ਅੰਦਰ ਜੋ ਅਮਨ ਚੈਨ ਦਾ ਮਾਹੌਲ ਹੈ ਉਹਨੂੰ ਕਾਇਮ ਕੀਤਾ ਜਾਵੇ, ਪੰਜਾਬ ਦੇ ਹਰ ਸ਼ਹਿਰੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਗੁੰਡਾ ਤੱਤਵਾਂ 'ਤੇ ਨੱਥ ਪਾਈ ਜਾਵੇ, ਨਸ਼ੇ ਦਾ ਜਿਹੜਾ 6ਵਾਂ ਦਰਿਆ ਪੰਜਾਬ ਦੇ ਅੰਦਰ ਚੱਲ ਰਿਹਾ ਜਿਹਦੇ ਵਿੱਚ ਵਾਧਾ ਕਰਦੇ ਹੋਏ ਪੰਜਾਬ ਸਰਕਾਰ ਨੇ ਬਾਕੀ ਕਿਸੇ ਚੀਜ਼ ਦੇ ਰੇਟ 'ਤੇ ਨਹੀਂ ਘਟਾਏ, ਸ਼ਰਾਬ ਦੇ ਰੇਟ ਘਟਾਏ ਹੈ ਔਰ ਇਹ ਸਰਕਾਰ ਪੰਜਾਬ ਦੇ ਅੰਦਰ 6ਵਾਂ ਦਰਿਆ ਨਸ਼ੇ ਦਾ ਜੋ ਚਲਾਉਣਾ ਚਾਹੁੰਦੀ ਹੈ ਉਹਦੀ ਅਸੀਂ ਭਰਪੂਰ ਨਿੰਦਾ ਕਰਦੇ ਹਾਂ ਔਰ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ, ਪੰਜਾਬ ਦੇ ਭਾਈਚਾਰਾ ਵਾਸਤੇ ਸਮੂਹ ਪੰਜਾਬੀਆਂ ਨੂੰ ਇਸ ਸਰਕਾਰ ਦੇ ਵਿਰੁੱਧ ਇਸੇ ਤਰ੍ਹਾਂ ਹੀ ਪ੍ਰਦਰਸ਼ਨ ਕਰਨ ਵਾਸਤੇ ਕਹਿੰਦੇ ਹਾਂ ਤਾਂ ਕਿ ਇਸ ਸਰਕਾਰ 'ਤੇ ਕੋਈ ਅਸਰ ਹੋ ਸਕੇ। ਮੈਂ ਤਾਂ ਉਹੀ ਗੱਲ ਕਰ ਰਿਹਾ ਕਿ ਪੰਜਾਬ ਦਾ ਕੋਈ ਮਹੱਲਾ ਐਸਾ ਨਹੀਂ ਬਚਿਆ, ਅੰਮ੍ਰਿਤਸਰ ਸ਼ਹਿਰ ਜਿੱਥੇ ਲੱਖਾਂ ਲੋਕ ਰੋਜ਼ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਆਉਂਦੇ ਹੈ, ਕਿਸੇ ਵੀ ਸ਼ਹਿਰੀ ਦੀ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਨਹੀਂ ਹੈਗੀ, ਉਹਨਾਂ ਨਾਲ ਟੂਰਿਸਟ ਦੇ ਨਾਲ ਵੀ ਲੁੱਟ ਖੋ ਰਹੀ ਹੈ, ਇਹ ਸ਼ਹਿਰੀ ਜਿਹੜਾ ਉਹ ਦਹਿਸ਼ਤ ਦੇ ਅੰਦਰ ਹੈ, ਵਪਾਰ ਜਿਹੜਾ ਉਹ ਡਰਿਆ ਹੋਇਆ ਔਰ ਇਸ ਸਰਕਾਰ ਨਵੀਂ ਸਰਕਾਰ ਨੂੰ ਜਿਹੜਾ ਹੋਸ਼ ਆਉਣਾ ਚਾਹੀਦਾ, ਆਪਣੇ ਮੰਤਰੀ ਸੰਤਰੀਆਂ ਨੂੰ ਪੈਸੇ ਕਮਾਉਣ ਦੀ ਚਿੰਤਾ ਛੱਡ ਕੇ ਪੰਜਾਬ ਦੀ ਸੁਰੱਖਿਆ ਵੱਲ ਔਰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ। ਯੁਵਾ ਮੋਰਚਾ ਅੰਮ੍ਰਿਤਸਰ ਅੱਜ ਪੂਰੇ ਪੰਜਾਬ ਭਰ 'ਚ ਪੰਜਾਬ ਦੇ ਅਧਿਅਕਸ਼ ਸ਼੍ਰੀਮਾਨ ਅਸ਼ਵਨੀ ਸ਼ਰਮਾ ਜੀ ਦੀ ਦਿਸ਼ਾ ਦੇ ਅਨੁਸਾਰ ਪੂਰੇ ਪੰਜਾਬ ਭਰ 'ਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ 'ਚ ਵੀ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ, ਪੁਤਲਾ ਪ੍ਰਦਰਸ਼ਨ ਕੀਤਾ ਹੈ, ਉਸਦਾ ਇੱਕੋ ਕਾਰਨ ਹੈ ਜੋ ਪੰਜਾਬ ਦੀ ਲੋ ਐਂਡ ਔਰਡਰ ਸਥਿਤੀ ਹੈ, ਸਭ ਜਾਣੂ ਨੇ, ਰੋਜ਼ ਕਤਲੇਆਮ ਹੋ ਰਹੇ ਨੇ, ਖਾਸ ਕਰ ਅੰਮ੍ਰਿਤਸਰ ਦੀ ਗੱਲ ਕਰੀਏ 3 ਦਿਨ 'ਚ 3 ਕਤਲ ਹੋ ਰਹੇ ਨੇ, ਕੋਈ ਨੌਜਵਾਨ ਘਰੋਂ ਬਾਹਰ ਨਿਕਲਦਾ ਨਾ ਤਾਂ ਉਸਦੀ ਮਾਂ ਭੈਣ ਚਿੰਤਾ ਕਰਦੀ ਹੈ ਕਿ ਮੇਰਾ ਭਰਾ ਜਾਂ ਮੇਰਾ ਬੇਟਾ ਘਰ ਆਏਗਾ ਕਿ ਨਹੀਂ ਆਏਗਾ। ਸੋ ਲੋਕਾਂ ਨੇ ਪ੍ਰਦੇਸ਼ ਦੀ ਕਮਾਨ ਐਸੇ ਨਾਦਾਨ, ਐਸੇ ਨਾ ਸਮਝ ਇੱਕ ਕਮੇਡੀਅਨ ਮੁੱਖ ਮੰਤਰੀ ਦੇ ਹੱਥ ਦੇਤੀ ਹੈ, ਅੱਜ ਲੋਕ ਉਸ ਨੂੰ ਪਛਤਾ ਰਹੇ ਨੇ, ਲੋਕ ਵੇਟ ਕਰ ਰਹੇ ਨੇ ਕਦ 2024 'ਚ ਵੋਟਾਂ ਆਉਣ ਤਾਂ ਆਉਣ ਵਾਲੇ ਸਮੇਂ 'ਚ ਭਾਜਪਾ ਨੂੰ ਅਸੀਂ ਸੱਤਾ 'ਚ ਲਿਆਈਏ। ਮੈਂ ਇੱਕੋ ਗੱਲ ਪਹਿਲੇ ਵੀ ਕਹਿ ਰਿਹਾ ਜੀ, ਜਦੋਂ ਇੱਕ ਬਿਲਕੁਲ ਨਾ ਸਮਝ ਲੋਕਾਂ ਦਾ ਸੱਤਾ ਆਏਗੀ
ਤਾਂ ਐਸਾ ਹੀ ਹੋਏਗਾ। ਇਹ ਭਗਵੰਤ ਮਾਨ ਸਰਕਾਰ ਹੀ ਗੁੰਡਾਗਰਦੀ ਨੂੰ ਸ਼ਹਿ ਦੇ ਰਹੀ ਹੈ, ਕਿਉਂਕਿ ਅੱਜ ਤੱਕ ਕਦੀ ਐਸਾ ਸੁਣਿਆ ਨਹੀਂ ਮਾਝੇ 'ਚ ਕਿ ਕਦੀ ਤਿੰਨ ਤਿੰਨ ਕਤਲ ਤਿੰਨ ਦਿਨਾਂ 'ਚ ਹੋਏ ਹੋਣ। ਇਹ ਭਗਵੰਤ ਜਿੱਥੋਂ ਭਗਵੰਤ ਮਾਨ ਜੀ ਆਉਂਦੇ ਨੇ ਉੱਥੋਂ ਹੀ ਇਹ ਗੁੰਡਾਗਰਦੀ ਆਉਂਦੀ, ਕਿਉਂਕਿ ਮਾਲਵੇ ਤੋਂ ਹੀ ਗੁੰਡਾਗਰਦੀ ਇੱਥੇ ਆ ਰਹੀ ਹੈ, ਮਾਝੇ 'ਚ ਆ ਰਹੀ ਹੈ। ਅੱਜ ਤੱਕ ਕਦੀ ਮਾਝੇ 'ਚ ਅਸੀਂ ਗੁੰਡਾਗਰਦੀ ਅਸੀਂ ਵੇਖੀ ਨਹੀਂ, ਐਸੇ ਕਤਲਿਆਂ ਵੇਖੇ ਨਹੀਂ। ਸੋ ਜਿੱਥੋਂ ਭਗਵੰਤ ਮਾਨ ਆਉਂਦਾ ਮਾਲਵੇ ਤੋਂ ਉੱਥੋਂ ਹੀ ਗੁੰਡਾਗਰਦੀ ਆ ਰਹੀ ਹੈ। ਸਸਤਾ ਚਾਹੀਦਾ ਸੀ ਰਾਸ਼ਨ, ਸਸਤਾ ਚਾਹੀਦਾ ਗਰੀਬ ਆਦਮੀ ਦੇ ਘਰ ਚੁੱਲ੍ਹਾ ਚੱਲੇ, ਸਸਤਾ ਚਾਹੀਦਾ ਕੋਈ ਘਰ ਘਰ ਲੋਕਾਂ ਨੂੰ ਨੌਕਰੀ ਮਿਲੇ, ਆਪੇ ਸਭ ਕੁਝ ਸਸਤਾ ਹੋ ਜਾਏਗਾ। ਇਹ ਸ਼ਰਾਬ ਹੁਣ ਜਿਸ ਤਰ੍ਹਾਂ ਦਾ ਮੁੱਖ ਮੰਤਰੀ ਹੋਏਗਾ ਉਹੋ ਜਿਹੀ ਚੀਜ਼ਾਂ ਸਸਤੀ ਕਰੇਗਾ, ਉਹ ਸ਼ਰਾਬੀ ਮੁੱਖ ਮੰਤਰੀ ਹੈ ਅਤੇ ਸ਼ਰਾਬ ਨੂੰ ਸਸਤੀ ਕਰ ਰਿਹਾ।